ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ ਚ ਮੈਂ ਹਾਂ ਈਸ਼ੂ ਤੇ ਸਾਡੇ ਨਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਤੇ ਵਿੱਚ ਅਖਬਾਰਾਂ ਦੀਆਂ ਅਹਿਮ ਸੁਰਖੀਆਂ ਤੇ ਚਾਤ ਪਾਉਣ ਤੇ ਲਈ ਮੌਜੂਦ ਨੇ ਬਤੌਰ ਮਾਹਰ ਮਹਿਮਾਨ ਸੀਨੀਅਰ ਪੱਤਰਕਾਰ ਮਦਨਦੀਪ ਜੀ ਆਓ ਕਰਦੇ ਹਾਂ ਉਹਨਾਂ ਦਾ ਸਵਾਗਤ ਮਦਨਦੀਪ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਬਹੁਤ-ਬਹੁਤ ਸ਼ੁਕਰੀਆ ਜੀ ਮਦਨਦੀਪ ਜੀ ਜੀ ਅਸੀਂ ਸ਼ੁਰੂਆਤ ਕਰੀ ਅੱਜ ਦੀਆਂ ਖਾਸ ਖਬਰਾਂ ਦੀ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰੋਨਾ ਮਹਾਮਾਰੀ ਦੀ ਜਿਸ ਦੇ ਮਤਨਜ਼ਰ ਕਈ ਜ਼ਿਲ੍ਹਿਆਂ ਤੇ ਵਿੱਚ ਲਾਕਡਾਊਨ ਲੱਗ ਚੁੱਕਾ ਹੈ ਰਾਤ ਦਾ ਜਿਹੜਾ ਕਰਫਿਊ ਹੈ ਉਹ ਲੱਗ ਚੁੱਕਾ ਹੈ ਤੇ ਇਸ ਤੋਂ ਇਲਾਵਾ 12ਵੀਂ ਤੱਕ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਪਹਿਲਾਂ ਤਾਂ ਮੈਂ ਇੱਕ ਗੱਲ ਦਰੁਸਤ ਕਰਨੀ ਚਾਹਣਾ ਆਪਣੀ ਕਿ ਇਹ ਗੱਲ ਅਫਵਾਹ ਉੱਡੀ ਹੋਈ ਸੀ ਵੀ ਲਾਕਡਾਊਨ ਕਈ ਜ਼ਿਲ੍ਹਿਆਂ 'ਚ ਲੱਗ ਗਏ ਆ ਜੀ ਔਰ ਸਿਹਤ ਮੰਤਰੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਹਾਲੇ ਲੋਕਡਾਊਨ ਦੀ ਜ਼ਰੂਰਤ ਨਹੀਂ ਹੈਗੀ। ਜੀ। ਹਾਂ ਰਾਤ ਦਾ ਕੁਝ ਜ਼ਿਲ੍ਹਿਆਂ ਦੇ ਵਿੱਚ ਕਰਫਿਊ ਜ਼ਰੂਰ ਲੱਗਾ ਹੈ। ਜਿਵੇਂ ਮੁਹਾਲੀ ਤੇ ਫਤਿਹਗੜ੍ਹ ਸਾਹਿਬ ਦੀ ਸਾਨੂੰ ਸੂਚਨਾ ਮਿਲੀ ਹੈ। ਹੂੰ। ਕਿ ਰਾਤ ਦਾ ਰਾਤ ਨੂੰ ਯਾਨੀ ਕਿ 11 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਜਿਹੜਾ ਹੈ ਉਹ ਜਾਰੀ ਕੀਤਾ ਗਿਆ ਹੈ। ਜੀ। ਪਰ ਲੋਕਡਾਊਨ ਬਾਰੇ ਬਿਲਕੁਲ ਸਿਹਤ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੋਕਡਾਊਨ ਦੀ ਹਾਲੇ ਜ਼ਰੂਰਤ ਨਹੀਂ ਹੈਗੀ। ਉਹਦੇ ਕਾਰਨ ਆ। ਅ ਜਿਹੜਾ ਪਿਛਲਾ ਇੱਕ ਲੰਬਾ ਲੋਕਡਾਊਨ ਸੀ। ਸਾਰੇ ਭਾਰਤ ਦੇ ਵਿੱਚ ਲੱਗਿਆ ਸੀ ਪੰਜਾਬ ਨੂੰ ਵੀ ਇਹਦਾ ਸਾਹਮਣਾ ਕਰਨਾ ਪਿਆ ਸੀ ਜੀ ਉਹਦੇ ਕਰਕੇ ਜ਼ਿੰਦਗੀ ਬੜੀ ਡਾਵਾ ਡੋਲ ਹੋ ਗਈ ਸੀ ਲੋਕਾਂ ਦੀ ਹਮਮ ਔਰ ਬੜੀ ਮੁਸ਼ਕਲ ਨਾਲ ਲੀਤ ਆਈ ਹੈ ਇਸ ਕਰਕੇ ਦੁਬਾਰਾ ਜ਼ਿੰਦਗੀ ਨੂੰ ਫੇਰ ਜਿਹੜਾ ਹੈਗਾ ਲੀਤੋਂ ਲਾਉਣ ਅ ਦੇ ਲਈ ਲੀਤੇ ਚੱਲਦੇ ਰਹਿਣ ਲਈ ਇਹ ਥੋੜਾ ਜਿਹਾ ਰੱਖਿਆ ਗਿਆ ਕਿ ਲਾਕਡਾਊਨ ਨਾ ਕੀਤਾ ਜਾਏ ਲੋਕਾਂ ਨੂੰ ਇਹਦੇ ਇਤਿਹਾਤ ਵਜੋਂ ਲੋਕਾਂ ਨੂੰ ਇਹਦੇ ਜਾਗਰੂਕ ਜਿਹੜਾ ਕਰਨਾ ਆ ਉਹਦੇ ਤੇ ਜ਼ਿਆਦਾ ਜ਼ੋਰ ਦਿੱਤਾ ਜਾਏ ਪਰ ਇਹਦੇ ਨਾਲ ਜਿਹੜੇ ਮਹੱਤਵਪੂਰਨ ਫੈਸਲੇ ਲਏ ਆ ਉਹਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ ਹੂੰ ਕਿ ਸਕੂਲ ਇੱਕ ਵਾਰ ਫਿਰ ਸਾਰੇ ਬੰਦ ਕਰ ਦਿੱਤੇ ਗਏ ਨੇ ਪੰਜਾਬ ਦੇ ਔਰ ਪਹਿਲਾ ਇਹ ਫੈਸਲਾ ਕੀਤਾ ਗਿਆ ਸੀ ਕਿ 9ਵੀਂ 11ਵੀਂ ਤੇ ਜਿਹੜੀ ਜਿਹੜੀਆਂ ਛੋਟੀਆਂ ਕਲਾਸਾਂ ਆ ਇਹਨਾਂ ਦੇ ਜਿਹੜੇ ਯਾਨੀ ਪ੍ਰਾਈਮਰੀ ਲੈਕ ਕਲਾਸਾਂ ਹੈਗੀਆਂ 9ਵੀਂ ਦੇ ਕਲਾਸਾਂ ਤੇ 11ਵੀਂ ਦੇ ਕਲਾਸਾਂ ਦੇ ਵਿਦਿਆਰਥੀ ਨੇ ਵੀ ਇਹਨਾਂ ਨੂੰ ਜਿਵੇਂ ਕਰੋਨਾ ਦੇ ਇੱਕ ਵਾਰ ਫਿਰ ਜਿਹੜਾ ਸੰਕਟ ਖੜਾ ਹੋ ਗਿਆ ਹੈ ਆ ਵੀ ਇਹਨਾਂ ਨੂੰ ਘਰ 'ਚ ਬਿਠਾ ਕੇ ਇਹਨਾਂ ਦੀ ਪ੍ਰੀਖਿਆ ਦੀ ਤਿਆਰੀ ਲਈ ਇਹਨਾਂ ਨੂੰ ਛੁੱਟੀਆਂ ਦਿੱਤੀਆਂ ਜਾਂਨ। ਜੀ। ਫਿਰ ਫੈਸਲਾ ਲਿਆ ਗਿਆ ਕਿ ਜਿਵੇਂ ਹਾਲਾਤ ਵਿਗੜ ਰਹੇ ਆ ਜਿਸ ਤਰ੍ਹਾਂ ਇੱਕ ਵਾਰ ਫਿਰ ਜਿਹੜਾ ਹੈਗਾ ਕਰੋਨਾ ਦਾ ਜ਼ੋਰ ਜਿਹੜਾ ਹੈ ਉਹ ਜੋ ਕਰੋਨਾ ਨੇ ਫੜ ਲਿਆ ਤੇ ਵੀ ਸਾਰੇ ਸਕੂਲ ਜਿਹੜੇ ਹੈਗੇ ਆ ਦੁਬਾਰਾ ਬੰਦ ਕਰ ਦਿੱਤੇ ਜਾਣ ਇਹ ਹੋਵੇ ਕਿਤੇ ਜਿਹੜਾ ਇਹ ਮਹਾਮਾਰੀ ਜਿਹੜੀ ਹੈਗੀ ਹੈ ਬੱਚਾ 'ਚ ਨਾ ਫੈਲ ਜਾਏ। ਹੂੰ। ਸੋ ਸਕੂਲ ਸਾਰੇ ਬੰਦ ਕਰ ਦਿੱਤੇ ਗਏ ਨੇ ਵਿਦਿਆਰਥੀਆਂ ਨੂੰ ਜਿਹੜੀਆਂ ਸਕੂਲ ਜਿਹੜੀ ਛੁੱਟੀਆਂ ਦਿੱਤੀਆਂ ਗਈਆਂ ਉਹ ਪ੍ਰੀਖਿਆ ਦੀ ਤਿਆਰੀ ਦੇ ਨਾਂ ਤੇ ਦਿੱਤੀਆਂ ਗਈ ਹੈ ਕਿ ਘਰ ਬੈਠ ਕੇ ਤੁਸੀਂ ਪ੍ਰੀਖਿਆ ਦੀ ਤਿਆਰੀ ਕਰੋ ਸਕੂਲ ਦੇ ਵਿੱਚ ਟੀਚਰ ਹਾਜ਼ਰ ਰਹਿਣਗੇ ਹਮ ਪਰ ਨਾਲ ਦੇ ਨਾਲ ਇਹ ਵੀ ਹਦਾਇਤ ਜਾਰੀ ਕੀਤੀ ਗਈ ਹੈ ਅਧਿਆਪਕਾਂ ਨੂੰ ਕਿ ਜੇ ਬੱਚੇ ਕੱਲ ਨੂੰ ਤੁਹਾਡੇ ਕੋਲੇ ਆਉਂਦੇ ਆ ਕੋਈ ਕਿਉਂਕਿ ਪ੍ਰੀਖਿਆ ਦੀ ਤਿਆਰੀ ਕਰ ਰਹੇ ਪ੍ਰੀਖਿਆ ਨਿਰਧਾਰਤ ਸਮੇਂ ਤੇ ਹੋਣੀ ਹੈ ਔਰ ਸਕੂਲ ਵਿੱਚ ਹੋਣੀ ਹੈ ਇਸ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਜੇ ਬੱਚੇ ਬੱਚੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਔਰ ਟੀਚਰ ਕੋਲ ਆਉਂਦੇ ਆ ਸਕੂਲ ਦੇ ਵਿੱਚ ਤਾਂ ਉਹਨਾਂ ਨੂੰ ਬਕਾਇਦਾ ਤੌਰ ਤੇ ਅਧਿਆਪਕ ਬੱਚਾ ਨੂੰ ਸਹਾਇਤਾ ਕਰਨ ਪਰ ਇਹਦੇ ਵਿੱਚ ਇਹ ਵੀ ਹੈ ਕਿ ਭੀੜ ਵੀ ਨਹੀਂ ਹੋਣੀ ਚਾਹੀਦੀ ਸਕੂਲ ਦੇ ਵਿੱਚ ਵੀ ਇਹ ਵੀ ਨਹੀਂ ਕਿ ਤੁਹਾਨੂੰ ਛੁੱਟੀਆਂ ਦਿੱਤੀਆਂ ਤੇ ਸਾਰੇ ਬੱਚੇ ਇਕੱਠੇ ਹੋ ਗਏ ਸਕੂਲ 'ਚ ਫਿਰ ਅਧਿਆਪਕਾਂ ਦੇ ਸਾਹਮਣੇ ਖੜੇ ਹੋ ਜਿਓ ਕਿ ਸਾਨੂੰ ਆਹ ਦੱਸੋ ਜਾਂ ਉਹ ਦੱਸੋ ਇਹ ਵੀ ਕਿਹਾ ਗਿਆ ਕਿ ਭੀੜ ਨਹੀਂ ਕਰਨੀ ਪਰ ਇਹ ਬਹੁਤ ਸਪਸ਼ਟ ਤੇ ਸਾਫ਼ ਗੱਲ ਕਹੀ ਗਈ ਹੈ ਕਿ ਪ੍ਰੀਖਿਆਵਾਂ ਨਿਰਧਾਰਤ ਸਮੇਂ ਤੇ ਹੋਣਗੀਆਂ ਜੀ ਪ੍ਰੀਖਿਆਵਾਂ ਲਈ ਤਿਆਰੀ ਜਿਹੜੇ ਸਟੂਡੈਂਟ ਆ ਉਹ ਘਰ ਕਰਨਗੇ ਵਿਦਿਆਰਥੀ ਘਰ ਕਰਨਗੇ ਅੱਜ ਪ੍ਰੀਖਿਆਵਾਂ ਦੀ ਤਿਆਰੀ ਵਾਸਤੇ ਜੇ ਕਿਸੇ ਅਧਿਆਪਕ ਦੀ ਲੋੜ ਹੈ ਉਹਨਾਂ ਨੂੰ ਤਾਂ ਉਸ ਸਕੂਲ ਵਿੱਚ ਜਾ ਕੇ ਅਧਿਆਪਕ ਨੂੰ ਮਿਲ ਸਕਦੇ ਨੇ ਪਰ ਭੀੜ ਨਹੀਂ ਕਰਨੀ ਔਰ ਬਾਕੀ ਜਿਹੜਾ 마ਸਕ ਲਾ ਕੇ ਰੱਖਣਾ ਹੈ ਆ ਦੂਰੀ ਬਣਾ ਕੇ ਰੱਖਣੀ ਹੈ ਉਹ ਸਾਰੇ ਜਿਹੜੇ ਨਿਯਮ ਆ ਉਹਨਾਂ ਦੀ ਪਾਲਣਾ ਹੋਵੇ ਕਰਨੀ ਪੈਗੀ ਕਈ ਥਾਵਾਂ ਤੇ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਚੰਡੀਗੜ੍ਹ ਦੇ ਨੇੜੇ ਇੱਕ ਸਕੂਲ ਸੀ ਜੀ ਉਸ ਸਕੂਲ ਦੇ ਕਿਸੇ ਅਧਿਆਪਕ ਨੂੰ ਅਧਿਆਪਕਾ ਨੂੰ ਕਰੋਨਾ ਦੀ ਸ਼ਿਕਾਇਤ ਸੀ ਤੇ ਪਾਇਆ ਗਿਆ ਕਿ ਕਰੋਨਾ ਹੈ ਔਰ ਉੱਥੇ ਕੁਝ ਹੋਰ ਅਧਿਆਪਕ ਵੀ ਉਸ ਲਪੇਟ 'ਚ ਆ ਗਏ ਜੀ ਸੋ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ ਯੂਨੀਵਰਸਿਟੀ ਦੇ ਮੇਰੇ ਇੱਕ ਦੋਸਤ ਅਧਿਆਪਕ ਨੇ ਉਹਨਾਂ ਦੀ ਸ਼੍ਰੀਮਤੀ ਜੀ ਸਰਕਾਰੀ ਸਕੂਲ 'ਚ ਟੀਚਰ ਸੀਗੇ ਔਰ ਉਹਨਾਂ ਨੂੰ ਹੋਇਆ ਉਹਨਾਂ ਦੇ ਪਰਿਵਾਰ ਦੇ ਵਿੱਚ ਮੇਰੇ ਦੋਸਤ ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਉਹਨਾਂ ਨੇ ਵੀ ਹੋ ਗਿਆ ਤੁਹਾਡੇ ਦੀ ਬੇਟੀ ਨੂੰ ਵੀ ਹੋ ਗਿਆ ਜੀ ਸੋ ਇਹ ਕਰਕੇ ਜਿਹੜਾ ਇਤਿਹਾਸ ਹੈ ਜਿਹੜੇ ਨਿਯਮ ਨੇ ਉਹਨਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ ਜੀ ਜੀ ਇਸ ਦੇ ਨਾਲ ਹੀ ਜਿਹੜੀ ਅਗਲੀ ਖਬਰ ਹੈ ਉਹ ਵੀ ਜੁੜੀ ਹੋਈ ਹੈ ਪੰਜਾਬ ਸੂਬੇ ਦੇ ਨਾਲ ਹੀ ਪੰਜਾਬ ਸਰਕਾਰ ਨੇ ਸਾਰੇ ਵਾਹਨ ਮਾਲਕਾਂ ਨੂੰ ਆਖਰੀ ਮੌਕਾ ਦਿੰਦੇ ਹੋਏ ਜਿਹੜੀਆਂ ਹਾਈ ਸਿਕਿਉਰਿਟੀ ਨੰਬਰ ਪਲੇਟਸ ਹੈ ਉਹ ਲਗਵਾਉਣ ਦੇ ਲਈ ਆਖਰੀ ਤਾਰੀਖ 15 April ਤੱਕ ਵਧਾ ਦਿੱਤੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ ਹਾਂ ਇਹ ਬਹੁਤ ਵਾਰ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਆ ਕਈ ਅੱਗੇ ਵੀ ਪਹਿਲਾਂ ਤਰੀਕਾ ਵਧਾਈਆਂ ਗਈਆਂ ਕਿਉਂਕਿ ਆਬਾਦੀ ਹੈ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਕਾਰਾਂ ਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਜੀ ਸੋ ਇਸ ਕਰਕੇ ਜਿਹੜੇ ਥੋੜੇ ਸਮੇਂ ਦੇ ਵਿੱਚ ਕੰਮ ਨਿਪਟਾਉਣਾ ਬਹੁਤ ਔਖਾ ਹੋ ਜਾਂਦਾ ਹੈ ਦੂਸਰਾ ਇਹ ਵੀ ਹੈ ਲੋਕ ਵੀ ਕਾਰੋਬਾਰ 'ਚ ਲੱਗੇ ਹੋਏ ਆ ਕਈ ਤਰ੍ਹਾਂ ਦੀ ਹੋਰ ਵੀ ਜ਼ਿੰਮੇਵਾਰੀਆਂ ਤੇ ਸਮੱਸਿਆਵਾਂ ਹਰੇਕ ਪਰਿਵਾਰ 'ਚ ਹਰੇਕ ਬੰਦੇ ਨੂੰ ਹੁੰਦੀਆਂ ਸੋ ਇਹ ਚੰਗੀ ਗੱਲ ਹੈ ਕਿ ਸਰਕਾਰ ਜਿਹੜਾ ਹੈਗਾ ਇਹ ਸਹਿਯੋਗ ਕਰ ਰਹੀ ਹੈ ਅੱਗੇ ਵਧਾ ਰਹੀ ਹੈ ਤਰੀਕਾਂ ਜੋ ਹੋਰ ਵੀ ਜੇ ਜ਼ਰੂਰਤ ਹੋਵੇ ਤਾਂ ਮੇਰਾ ਖਿਆਲ ਹੈ ਵੀ ਇਸ ਇਸ ਕੰਮ ਨੂੰ ਇਸ ਇਸ ਜਿਹੜਾ ਇੱਕ ਜਿਹੜੀ ਨੀਤੀ ਬਣਾਈ ਗਈ ਹੈ ਇਹਨੂੰ ਜੇ ਸਹੀ ਅਮਲ 'ਚ ਲਿਆਉਣਾ ਹੈ ਤੇ ਇਹਦੇ ਵਾਸਤੇ ਥੋੜਾ ਸਮਾਂ ਤੇ ਉਹ ਸਾਰਾ ਕੁਝ ਦੇਖਣਾ ਪਵੇਗਾ। ਪਰ ਚੰਗੀ ਗੱਲ ਹੈ ਅੱਗੇ ਵੀ ਹੋਰ ਤਰੀਕ ਜੇ ਲੋਡ ਪੈਂਦੀ ਆ ਦੇ ਕੇ ਸਰਕਾਰ ਨੂੰ ਪਤਾ ਹੋਣਾ ਹੈ ਵੀ ਕਿੰਨੇ ਕੁ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਕੰਮ ਨੂੰ ਡਿਪਟਾਇਆ ਜਾ ਸਕਦਾ ਹੈ ਸੋ ਇਸ ਕਰਕੇ ਉਸ ਹਿਸਾਬ ਨਾਲ ਜਿਹੜਾ ਚੱਲ ਰਿਹਾ ਹੈ ਕੰਮ ਇਹ ਠੀਕ ਹੈ ਹਾਂਜੀ ਜੀ ਇਸੇ ਨਾਲ ਹੀ ਕੱਲ ਕੁਆਡ ਦੇਸ਼ਾਂ ਦੀ ਇੱਕ ਸਿਖਰ ਸੰਮੇਲਨ ਹੋਇਆ ਇੱਕ ਬੈਠਕ ਹੋਈ ਹੈ ਆਨਲਾਈਨ ਬੈਠਕ ਸੀ ਇਹ ਤੇ ਇਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੁਆਡ ਕੁਮਾਂਤਰੀ ਸਥਿਰਤਾ ਦੇ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਵੇਖੋ ਇਹ ਭਾਰਤ ਆਸਟ੍ਰੇਲੀਆ ਅਮਰੀਕਾ ਤੇ ਜਾਪਾਨ ਜਿਹੜੇ ਚਾਰ ਦੇਸ਼ ਨੇ ਇਹਨਾਂ ਦਾ ਇੱਕ ਮੰਚ ਹੈਗਾ ਔਰ ਇਹਨਾਂ ਦੇਸ਼ਾਂ ਦਾ ਦਾਵਾ ਹੈ ਕਿ ਉਹ ਪ੍ਰਸ਼ਾਂਤ ਏਸ਼ੀਆ ਦੇ ਵਿੱਚ ਸ਼ਾਂਤੀ ਕਾਇਮ ਰੱਖਣ ਵਾਸਤੇ ਸਥਿਰਤਾ ਬਣਾਈ ਰੱਖਣ ਵਾਸਤੇ ਜਿਵੇਂ ਤੋਂ ਸ਼ਬਦ ਵਰਤੇ ਆਇਆ ਉਹਦੇ ਤੇ ਉਸ ਏਜੰਡੇ ਤੇ ਕੰਮ ਕਰਨਗੇ ਔਰ ਜਿਹੜੀ ਇਹ ਜਿਹੜਾ ਸਮੇਲਨ ਹੋ ਰਿਹਾ ਹੈ ਜਿਹੜਾ ਕਿ ਮਤਲਬ ਹੈ ஆன் ਸਕਰੀਨ ਹੋਏਗਾ ਉਸ ਵੇਲੇ ਪਹਿਲੀ ਵਾਰ ਜਿਹੜਾ ਇਹਦੇ ਚ ਜਿਹੜੀ ਹੋਣੀ ਹੈ ਉਹ ਬਾਈਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਬੋਦੀ ਸਾਹਿਬ ਨਾਲ ਜਿਹੜੀ ਮੁਲਾਕਾਤ ਇਸ ਤਰ੍ਹਾਂ ਦੀ ਹੈਗੀ ਉਹ ਪਹਿਲੀ ਵਾਰ ਹੋਵੇਗੀ ਜੀ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹਦੇ ਵਿੱਚ ਬਿਲਕੁਲ ਸਾਫ਼ ਹੈ ਹਾਲਾਂਕਿ ਬਹੁਤ ਸਾਰੇ ਗੱਲਾਂ ਆ ਰਹੀਆਂ ਕਿ ਜਿਸ ਤਰ੍ਹਾਂ ਚੀਨ ਦਾ ਦਬਾਅ ਵਧ ਰਿਹਾ ਹੈ ਵੀ ਉਹਦੇ ਮੁਕਾਬਲੇ ਜਿਹੜਾ ਹੈਗਾ ਵੀ ਇਸ ਜਿਹੜਾ ਇਹ ਖੇਤਰ ਹੈ ਇਹਦੇ ਵਿੱਚ ਸ਼ਾਂਤੀ ਕਾਇਮ ਰੱਖਣ ਵਾਸਤੇ ਤੇ ਇੱਕ ਜਿਹੜੀ ਹੈਗੀ ਬਰਾਬਰ ਦੀ ਇੱਕ ਤਾਕਤ ਵਾਸਤੇ ਕੰਮ ਕੀਤਾ ਜਾ ਰਿਹਾ ਹੈ ਔਰ ਇਹਦੇ ਵਿੱਚ ਚੰਗੀ ਗੱਲ ਇਹ ਹੈਗੀ ਹੈ ਕਿ ਇਸ ਕਿਉਂਕਿ ਦੇਖੋ ਤਵਾਜਨ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਜਿਹੜਾ ਇੱਕ ਮੰਚ ਹੈ ਸਾਰੇ ਦੇਸ਼ ਜਿਹੜੇ ਆ ਚੰਗੇ ਵੱਡੇ ਦੇਸ਼ ਆ ਅਮੀਰ ਦੇਸ਼ ਆ ਇਹਦੇ ਵਿੱਚ ਜਾਪਾਨ ਹੈ ਇਹਦੇ ਵਿੱਚ ਆਸਟ੍ਰੇਲੀਆ ਹੈ ਇਹਦੇ ਵਿੱਚ ਅਮਰੀਕਾ ਹੈਗਾ ਔਰ ਭਾਰਤ ਦਾ ਦੇ ਵਿੱਚ ਬਹੁਤ ਵੱਡਾ ਸਹਿਯੋਗ ਹੈ ਜੇ ਤੁਸੀਂ ਪ੍ਰਸ਼ਾਸਤ ਏਸ਼ੀਆ ਦੇ ਵਿੱਚ ਕੋਈ ਵੀ ਐਕਟੀਵਿਟੀ ਕਰਨੀ ਹੈ ਤਾਂ ਉਹਦੇ ਵਿੱਚ ਭਾਰਤ ਨੂੰ ਪਾਸੇ ਨਹੀਂ ਰੱਖਿਆ ਜਾ ਸਕਦਾ ਭਾਰਤ ਕਿਤੇ ਵੀ ਲੰਬੀ ਨਹੀਂ ਹੋ ਸਕਦਾ ਇਤੋਂ ਤੱਕ ਚੀਨ ਲਈ ਵੀ ਇਸ ਕਰਕੇ ਬਹੁਤ ਸਾਰੇ ਮੁਸ਼ਕਲਾ ਆਉਂਦੀਆਂ ਜੇ ਭਾਰਤ ਚੀਨ ਨੂੰ ਸਹਿਯੋਗ ਨਹੀਂ ਕਰਦਾ ਤਾਂ ਚੀਨ ਲਈ ਵੀ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ ਹੈ ਜੀ ਇਸ ਕਰਕੇ ਇਹਦੀ ਜਿਹੜੀ ਮਹੱਤਤਾ ਹੈ ਇਹਨਾਂ ਦੇਸ਼ਾਂ ਦੇ ਸਮੰਚ ਦੀ ਇਹ ਆਪਣੇ ਆਪ ਚ ਕਾਫੀ ਅਹਿਮ ਇਹਦੀ ਭੂਮਿਕਾ ਰਹਿਣੀ ਹੈ ਇਸ ਖੇਤਰ ਦੇ ਵਿੱਚ ਔਰ ਇਹ ਦੇਖਣ ਵਾਲੀ ਗੱਲ ਹੈ ਕਿ ਜਦੋਂ ਇਹ ਸਾਰੇ ਰਾਸ਼ਟਰਪਤੀ ਇਹਨਾਂ ਦੇਸ਼ਾਂ ਦੇ ਇਕੱਠੇ ਹੋਣਗੇ ਪ੍ਰਧਾਨ ਮੰਤਰੀ ਇਕੱਠੇ ਹੋਣਗੇ ਇੱਕ ਲਾਈਨ ਤੇ ਆਉਣਗੇ ਗੱਲਬਾਤ ਕਰਨਗੇ ਤਾਂ ਇਹਦੇ ਵਿੱਚ ਅੱਗੇ ਜਾ ਕੇ ਕਿਹੜੇ ਕਿਹੜੇ ਮੁੱਦੇ ਵਿਚਾਰੇ ਜਾਂਦੇ ਆ ਜੀ ਅੱਗੇ ਕਿਹੜੇ ਕਿਹੜੇ ਹੋਰ ਇਹ ਜਿਹੜੇ ਹੈਗੇ ਆ ਉਹਨਾਂ ਨੂੰ ਅੰਮਲ ਵਿੱਚ ਲਿਆਉਣ ਬਾਰੇ ਜਿਹੜੀਆਂ ਵਿਚਾਰਾ ਹੁੰਦੀਆਂ ਇਹ ਦੇਖਣ ਵਾਲੀ ਗੱਲ ਹੋਏਗੀ ਜੀ ਜੀ ਮਦਨਦੀਪ ਜੀ ਜਿਸ ਤੋਂ ਅਗਲੀ ਖਬਰ ਤੇ ਅਸੀਂ ਝਾਤ ਪਾਉਨੇ ਆ ਤੇ ਜੁੜੀ ਹੋਈ ਹੈ ਸਿੱਖਿਆ ਨੀਤੀ ਦੇ ਨਾਲ ਕਿਉਂਕਿ ਸਿੱਖਿਆ ਨੀਤੀ ਦੇ ਵਿੱਚ ਇਸ ਵਾਰੀ ਇੱਕ ਨਵਾਂ ਫੇਰ ਬਦਲ ਕੀਤਾ ਗਿਆ ਹੈ ਜਿਸ ਦੇ ਤਹਿਤ ਬੈਚਲਰਸ ਆਫ ਇੰਜੀਨੀਅਰਿੰਗ ਤੇ ਬੈਚਲਰਸ ਆਫ ਟੈਕਨੋਲੋਜੀ ਦੇ ਵਿੱਚ ਪ੍ਰੀਖਿਆ ਦੇਣ ਦੇ ਲਈ ਜਿਹੜੀ ਐਂਟ੍ਰੈਂਸ ਟੈਸਟ ਉਹ ਦੇਣ ਦੇ ਲਈ ਜਿਹੜਾ ਫਿਜ਼ਿਕਸ ਹੈ ਤੇ ਗਣਿਤ ਹੈ ਉਹ 12ਵੀਂ ਦੇ ਵਿੱਚ ਪੜ੍ਹਨੀ ਜ਼ਰੂਰੀ ਨਹੀਂ ਹੋਣਗੇ ਕਿਸ ਤਰ੍ਹਾਂ ਦੇਖਦੇ ਹੋ ਇਸ ਲਈ ਇਹਨਾਂ ਨੇ ਇਹ ਕੀਤਾ ਆ ਕਿ ਜਿਹੜੇ ਮੈਡੀਕਲ ਦੇ ਸਟੂਡੈਂਟ ਆ ਉਹ ਵੀ ਇੰਜੀਨੀਅਰ ਕਰ ਸਕਦੇ ਆ ਜੀ ਠੀਕ ਹੈ ਨਾ ਇਹਦਾ ਮਤਲਬ ਇਹ ਹੋ ਗਿਆ ਜੇ ਮੈਡੀਕਲ ਦੇ ਸਟੂਡੈਂਟ ਕਿਉਂਕਿ ਉਹਨਾਂ ਨੇ ਉਹਦੇ 'ਚ ਜਿਹੜਾ ਹੈਗਾ ਮੈਥ ਨਹੀਂ ਪੜ੍ਹਿਆ ਹੁੰਦਾ ਉਸ ਤਰ੍ਹਾਂ ਨਾਲ ਜਿਵੇਂ ਦੂਜਿਆਂ ਦਾ ਹੁੰਦਾ ਹੈ ਉਹ ਇੰਜੀਨੀਅਰਿੰਗ ਕਰ ਸਕਦੇ ਤੇ ਇੰਜੀਨੀਅਰਿੰਗ ਦੇ ਜਿਹੜੇ ਹੈਗੇ ਆ ਉਹ ਦੂਜੇ ਪਾਸੇ ਆ ਸਕਦੇ ਇਹ ਮਤਲਬ ਇੱਕ ਇੱਕ ਜਿਹੜੀ ਰੁਕਾਵਟ ਬਣੀ ਹੋਈ ਸੀ ਉਹਨੂੰ ਮੇਰਾ ਖਿਆਲ ਹੈ ਵੀ ਥੋੜਾ ਜਿਹਾ ਜਿਹੜਾ ਉਹ ਉਹ ਸੌਖਾ ਕਰਤਾ ਆ ਵੀ ਉਹ ਰੁਕਾਵਟ ਦੂਰ ਕਰਤੀ ਹੈ ਤੇ ਹੁਣ ਦੋਨੋਂ ਜਿਹੜੇ ਇਸ ਇਸ ਤਰ੍ਹਾਂ ਦੋਨੋਂ ਪਾਸੇ ਜਾ ਸਕਦੇ ਆ ਵਿਦਿਆਰਥੀ ਚਾਹੇ ਮੈਡੀਕਲ ਵੱਲ ਜਾਣਾ ਚਾਹੋ ਤਾਂ ਮੈਡੀਕਲ ਕਰ ਸਕਦੇ ਆ ਜੇ ਇੰਜੀਨੀਅਰਿੰਗ ਕਰਨਾ ਚਾਹੋ ਤਾਂ ਇੰਜੀਨੀਅਰ ਕਰ ਸਕਦੇ ਆ ਜੀ ਸੋ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਆ ਅੱਗੇ ਜਾ ਕੇ ਇਹ ਫੈਸਲਾ ਕਿੰਨਾ ਕੁ ਕਾਰਗਰ ਹੁੰਦਾ ਹੈ ਕਿੰਨਾ ਕੁ ਸਾਰਥਕ ਹੁੰਦਾ ਹੈ ਇਹ ਜ਼ਰੂਰ ਦੇਖਣਾ ਪਵੇਗਾ ਜੀ ਜੀ ਇਸ ਦੇ ਨਾਲ ਹੀ ਜੇ ਛਾਤ ਪਾਉਣੇ ਆ ਮੌਸਮ ਦੇ ਹਾਲਾਤਾਂ ਤੇ ਤਾਂ ਪਹਾੜੀ ਖੇਤਰਾਂ ਦੇ ਵਿੱਚ ਬਰਫਵਾਰੀ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਜੇ ਪੰਜਾਬ ਦੀ ਗੱਲ ਕਰੀਏ ਤਾਂ 17 ਤਰੀਕ ਤੱਕ ਹਨੇਰੀ ਤੇ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਵਾਤਾਵਰਨ ਦਾ ਅੱਜ ਕੱਲ ਪਤਾ ਨਹੀਂ ਲੱਗ ਰਿਹਾ ਵੀ ਕਿੱਧਰ ਨੂੰ ਜਾ ਰਿਹਾ ਹੈ ਜੀ ਮਾਰਚ ਦਾ ਮਹੀਨਾ ਜਿਹੜਾ ਆਧਾ ਬੀਤਣ ਵਾਲਾ ਹੋ ਗਿਆ ਹੈ ਔਰ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੀ ਮੈਂ ਵੀ ਇਹ ਇੱਕ ਜਿਹੜਾ ਬਲੇਜ਼ਰ ਪਾਇਆ ਹੋਇਆ ਹੈ ਸਵੇਰੇ ਕਾਫੀ ਠੰਡ ਹੁੰਦੀ ਹੈ ਜੀ ਖਾਸ ਕਰਕੇ ਵਿੱਚੋਂ ਵਿੱਚੋਂ ਗਰਮੀ ਵੀ ਕਈ ਵਾਰ ਹੋ ਜਾਂਦੀ ਪਰ ਅਚਾਨਕ ਠੰਡ ਵੀ ਹੋ ਜਾਂਦੀ ਹੈ ਅੱਜ ਵੀ ਬਹੁਤ ਠੰਡਾ ਮੌਸਮ ਹੈ ਔਰ ਇਹ ਤਵਾਜਨ ਕਿਉਂ ਖਰਾਬ ਹੋਇਆ ਸਾਨੂੰ ਇਹ ਵੀ ਪਤਾ ਹੈ ਕਿ ਜਿਸ ਤਰ੍ਹਾਂ ਅਸੀਂ ਬਿਲਕੁਲ ਅਵੇਸਲੇ ਹੋ ਚੁੱਕੇ ਹਾਂ ਵਾਤਾਵਰਨ ਨੂੰ ਲੈ ਕੇ ਅਸੀਂ ਬਿਲਕੁਲ ਹੀ ਨਹੀਂ ਸੋਚ ਰਹੇ ਅਸੀਂ ਬਹੁਤ ਜੰਗਲ ਵੱਢ ਰਹੇ ਹਾਂ ਅਸੀਂ ਬਿਲਕੁਲ ਪ੍ਰਵਾਹ ਨਹੀਂ ਕਰ ਰਹੇ ਪ੍ਰਦੂਸ਼ਣ ਦੀ ਹਾਲਤ ਇਹ ਹੈਗੀ ਹੈ ਕਿ ਕਦੇ ਕਈ ਵਾਰ ਇਹ ਲੱਗਦਾ ਵੀ ਸਾਰਿਆਂ ਜਿਹੜੀ ਧਰਤੀ ਦਾ ਪ੍ਰਦੂਸ਼ਣ ਹੈ ਉੱਪਰ ਚੜ ਗਿਆ ਤਾਂ ਸੂਰਜ ਨੂੰ ਹੀ ਟੱਕ ਲੈਂਦਾ ਆ ਸੋ ਇਹ ਹਾਲਾਤ ਜਿਹੜੇ ਬਣੇ ਹੋਏ ਆ ਇੱਕ ਤਾਂ ਇਹ ਦੇ ਕਰਕੇ ਆ ਕਈ ਹੋਰ ਵੀ ਕੁਦਰਤ ਦੇ ਬਹੁਤ ਸਾਰੇ ਕਿਸ਼ਮੇ ਹੁੰਦੇ ਆ ਜਿਹਦੇ ਬਾਰੇ ਸਮੇਂ ਨਾਲ ਬਹੁਤ ਔਖਾ ਹੋ ਜਾਂਦਾ ਆ ਸੋ 15 ਤਰੀਕ ਤੱਕ ਤਾਂ ਹੱਲੇ ਇਸ ਤਰ੍ਹਾਂ ਦੇ ਹਾਲਾਤ ਰਹਿਣੇ ਹੀ ਆ ਕਿਉਂਕਿ ਆਪਾਂ ਦੇਖ ਕੇ ਆਮ ਤੌਰ ਤੇ ਮਾਰਚ ਦੇ ਕਈ ਵਾਰ ਪੂਰਾ ਮਹੀਨਾ ਜਿਹੜਾ ਆ ਪੂਰੇ ਮਹੀਨੇ ਠੰਡ ਰਹਿੰਦੀ ਹੈ ਜੀ ਘਟੋ ਘਟ ਹੋਲੀ ਤੱਕ ਜਿਹੜੀ ਆ ਉਹ ਤਾਂ ਠੱਡ ਬਣੀ ਰਹਿੰਦੀ ਹੁੰਦੀ ਹੈ ਸੋ ਇਹਨਾਂ ਦਿਨਾਂ ਦੌਰਾਨ ਝੱਖੜ ਆਉਣੇ ਮੀਂਹ ਆਉਣੇ ਥੋੜੇ ਬਹੁਤ ਇਹ ਵੀ ਚੱਲਦਾ ਰਹਿੰਦਾ ਹੈ ਇਸ ਕਰਕੇ ਦੇਖੋ ਕਣਕ ਦਾ ਮੌਸਮ ਆ ਸਾਨੂੰ ਫਿਕਰ ਜਿਹੜਾ ਹੈਗਾ ਜ਼ਿਆਦਾ ਇਹੀ ਹੈ ਵੀ ਫਸਲ ਨਾ ਖਰਾਬ ਹੋਵੇ ਬਾਕੀ ਤਾਂ ਸਾਰਾ ਕੁਝ ਹੋ ਸਕਦਾ ਹੈ ਠੀਕ ਫਸਲ ਨੂੰ ਕਿਵੇਂ ਬਚਾਉਣਾ ਆ ਕੁਦਰਤ ਦੀ ਮਾਰ ਤੋਂ ਫਸਲ ਨੂੰ ਬਚਾਉਣਾ ਬਹੁਤ ਔਖਾ ਜਾਂਦਾ ਹੈ ਇਸ ਕਰਕੇ ਕਿਉਂਕਿ ਹੱਲੇ ਸਿੱਟੇ ਹਰੇ ਆ ਕਣਕ ਦੇ ਕਣਕ ਆ ਲੈ ਸੁਨਹਿਰੀ ਨਹੀਂ ਹੋਈ ਜੀ ਇਸ ਕਰਕੇ ਥੋੜਾ ਜਿਹਾ ਜ਼ਿਮੀਂਦਾਰਾਂ ਵਾਲੇ ਬਹੁਤ ਔਖਾ ਕੰਮ ਹੈਗਾ ਇਹ ਅਸੀਂ ਤਾਂ ਇਹੀ ਅਰਦਾਸ ਕਰ ਸਕਦੇ ਆ ਵੀ ਭਲੀ ਰੱਖੇ ਵਾਗਰੂ ਇਦਾਂ ਤਾਂ ਕੋਈ ਨਾ ਹੋਵੇ ਜਿਹੜਾ ਨੁਕਸਾਨ ਹੋਵੇ ਕਿਉਂਕਿ ਫਸਲ ਜੇ ਨੁਕਸਾਨ ਹੁੰਦੀ ਹੈ ਤਾਂ ਇਹਦੇ ਨਾਲ ਬਹੁਤ ਸਾਰਾ ਹੋਰ ਵੀ ਜਿਹੜਾ ਹੈਗਾ ਉਹ ਨੁਕਸਾਨ ਹੁੰਦਾ ਪੂਰਾ ਇੱਕ ਅਨਾਜ ਦੇ ਜਿਹੜਾ ਹੈਗਾ ਲੋਕਾਂ ਦਾ ਤੁਹਾਨੂੰ ਪਤਾ ਵੀ ਜੀਵਨ ਨਿਰਭਰ ਹੈ ਅਨਾਜ ਤੇ ਔਰ ਨੁਕਸਾਨ ਨਾ ਹੋਵੇ ਤਾਂ ਚੰਗਾ ਆਪਾਂ ਤਾਂ ਇਹੀ ਅਰਦਾਸ ਹੀ ਕਰ ਸਕਦੇ ਆ ਬਸ ਹੋਰ ਤੱਕ ਕੀ ਕੀਤਾ ਜਾ ਸਕਦਾ ਹੈ ਜੀ ਇਸ ਦੇ ਨਾਲ ਹੀ ਮਤਨਦੀਪ ਜੀ ਘੜੀ ਦੀ ਸੂਈਆਂ ਇਸ਼ਾਰਾ ਕਰ ਚੁੱਕੀਆਂ ਨੇ ਕਿ ਪ੍ਰੋਗਰਾਮ ਨੂੰ ਖਤਮ ਕਰਨ ਦਾ ਵੇਲਾ ਹੋ ਚੁੱਕਿਆ ਹੈ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਸਾਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ ਜੁੜੇ ਰਹੋ ਡੀਰੀ ਪੰਜਾਬੀ ਦੇ ਨਾਲ